रहमान रहीम अस्सलामु अलैकुम वेख रहे हो तुम अपना करनाणा चैनल तो मैं तुहाडा मेज़बान आ गया इरफान भरावां वास्ते रोजाना की नवी की नवी वीडियो लैके आ भी दें इंशाला उम्मीद करना कि वीडियो तुहाडे पसंद आती है लाइक भी कर दियो शेयर भी कर दियो सब तो पहला अपने चैनल को करना है सबसक्राइब तो बैल आइकान का बटन जरूर दबाना ताकि साडी नवी वीडियो जी तुहाडे तक आसानी पहुँच सके। वीडियो इस तरह जी बना लगा भाई नवीद जट मेरे नाल खड़े है सहसरा घराया पिंड चन्न दा किला बैक साइड से जिला तहसील गुजराला बाखूबी तुसी वाकफ हो वीडियो जी उन्होंने सोमवार की बनाई दी है तो मंगल नूं तुसी वेखदे हो पूछ लैंदा मैं उन्होंने को डंगर जिहड़े विके ने वो किहड़ी जगह ते गए ने जिहड़े हुण जिन्हां दा रेट लाना है वह किन्ने ने बाकी सारी गलबात तुहाडे सामने लैंदे आ। पिंड सहसरा घराया जिला तहसील गुजराला चन्न दा किला बैक साइड से ठीक है जी शुरू करने आ। अस्सलाम वालेकुम जी। वालेकुम सलाम जट साहब की हाल है खरीयत ते ठीक है सब ਤੁਹਾਡੀਆਂ ਸਭ ਅੱਛਾ ਹੈ ਅਲਹਮਦੁਲਿਲਾ ਬੜਾ ਲੱਗ ਕਿੰਨੇ ਡੰਗਰ ਪਾਣੇ ਨੇ ਅੱਜ ਡੰਗਰ ਹੈ ਸਭ ਸੱਤ ਜਿਹੜੇ ਵਿਕੇ ਨੇ ਕਿੱਥੇ ਕਿੱਥੇ ਗਏ ਨੇ ਕੋਈ ਯਾਦ ਕੋਈ ਦੋ ਛੁੱਟ ਜਾਣਾ ਭਾਈ ਸਾਹਿਬ ਤੁਹਾਨੂੰ ਪਤਾ ਜਿਹੜਾ ਫੋਨ ਆਇਆ ਇਹ ਦੋ ਛੁੱਟੀਆਂ ਦੇ ਟਿਕਾਣੇ ਦਾ ਜੀ ਇੱਕ ਮੈਂ ਗਈ ਸ਼ਗਰਗੜ ਅੱਛਾ ਤੇ ਦੋ ਮਹੀਨੇ ਤੇ ਆਪਣੇ ਸੁਣਾ ਲੈ ਗਈਆਂ ਨੇ ਸਹੀ ਹੈ ਤੇ ਨਵੇਂ ਡੰਗਰ ਜਿਹੜੇ ਨੇ ਪੰਜ ਡੰਗਰ ਗਏ ਨੇ ਇਕੱਠੇ ਇੱਕ ਪਾਲਟੀ ਨੇ ਲੈਣੇ ਹਮਜ਼ਾ ਨਾ ਹੈ ਮੁੰਡੇ ਦਾ ਜੀ ਰਾਜਵਿੰਡ ਦੇ ਰਹਿਣ ਵਾਲਾ ਸਹੀ ਨਵਾਂ ਜਿਹਨੇ ਕੁਛ ਸਿਲਸਿਲਾ ਸ਼ੁਰੂ ਕੀਤਾ ਠੀਕ ਹੈ ਪੰਜ ਮਹੀਨੇ ਉਹ ਲੈ ਗਿਆ ਇੱਕ ਗਾਂ ਕੰਮ ਵੀ ਟੁੱਟ ਗਈ ਤੁਹਾਡੇ ਆਉਣ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਸਹੀ ਹੈ ਹਾਂਜੀ ਹਾਂ ਮਾਲ ਵੀ ਗਿਆ ਜੇ ਦੋ ਮਹੀਨੇ ਵਿਕੀਆਂ ਦੇ ਵਿੱਚ ਅੱਛਾ ਤੇ ਸ਼ਾਇਦ ਨਾ ਮੁੰਡੇ ਦਾ ਇਕੱਲੀ ਦਿੰਦਾ ਸਹੀ ਪਹਿਲਾਂ 30 ਦੀ ਛੁੱਟੀ ਹੈ ਕੋ ਪਹਿਲੀ ਦੀ ਆ ਗਈ ਡੰਗਾਂ ਦੇ ਜੀ ਤੇ ਪਰਦੋਂ ਨੇ ਫੋਨ ਨੇ ਚੁੱਕਿਆ ਸਹੀ ਉਹ ਵੀ ਵਿੱਚ ਬਹਾ ਦੇਣੇ ਦੋ ਮਹੀਨੇ ਲੱਗ ਰਹੇ ਸ਼ੁਰੂ ਕਰੀਏ ਕਰੋ ਸ਼ੁਰੂ ਬਿਸਮਿਲ ਅੱਲਾਹ ਪੜ੍ਹੋ ਲਿਆਓ ਜੀ ਮਾਈ ਨੰਬਰ 1 ਬੱਕਰ ਕਰ ਜਨਾ ਇਧਰ ਆ ਜਾ ਇਹੋ ਹੀ ਬਹਾਲ ਪਹਿਲੇ ਨੇ ਦੂਜੇ ਨੇ ਇਹ ਆਈ ਸਾਹਿਬ ਦੂਜੇ ਨੇ ਦੂਜੇ ਨੇ ਹਾਂਜੀ ਕਿੰਨੇ ਕੁ ਦਿਹਾੜੇ ਕੱਢਦੇ ਇਹਨੂੰ ਆਈ ਸਾਹਿਬ ਤੀਸਰਾ ਦਿਨ ਵੇਸ ਹੋਈ ਸੂਈ ਹੈ ਹਾਂਜੀ ਬੱਚਾ ਕੇਸ ਹੋ ਕੱਟਾ ਹਮਾਰਾ ਕੱਟਾ ਹਾਂਜੀ ਕਿੰਨੀਆਂ ਕੁ ਧਾਰਾਂ ਦਿੰਦੀ ਹੈ ਧਾਰਾਂ ਇਸ ਸਾਹਿਬ ਨੂੰ 10 ਕਿਲੋ ਹੋਣੀ ਹੈ ਤੀਸਰਾ ਦਿਨ ਆਈ 10 ਕਿਲੋ ਹੋਣੀਆਂ ਨੇ ਹਾਂਜੀ ਠੀਕ ਹੈ ਤੀਸਰਾ ਦਿਨ ਸੂਈ ਨੂੰ ਹਾਂਜੀ ਸਾਰੀ ਹੇਠ 10 ਕਿਲੋ 10 ਕਿਲੋ ਇਧਰ ਕਰ ਲਓ ਮਗਰ ਕੱਟਾ ਹੈ ਮਗਰ ਕੱਟਾ ਦੂਜੜ ਸੂਏ ਹਾਂਜੀ ਅੱਛਾ ਕੀ ਡਿਮਾਂਡ ਹੈ ਇਹਦੀ ਡਿਮਾਂਡਾਂ ਹੈ ਸਾਹਿਬ ਜੀ ਗੱਲਾਂ ਦੇ ਤੇ ਪੱਕੀਆਂ ਪੱਕੀਆਂ ਜੇ ਕੋ ਅਗਰ ਭਰਾ ਸਮਝਣ ਵਾਲਾ ਹੋਵੇ ਜੀ 1 ਲੱਖ ਦੇ 95000 ਦੀ ਛੁੱਟੀ ਹੈ 1 ਲੱਖ 95000 1 ਲੱਖ 95000 1 ਲੱਖ 95000 ਠੀਕ ਹੈ ਜੀ ਮਾਜ ਨੰਬਰ 1 ਅੱਗੇ ਲਿਆਓ ਜੀ ਮਾਜ ਨੰਬਰ 2 ਝੋਟੀ ਸੂਈ ਲੈ ਚੁਣਾਇਆ ਕਿੰਨੇ ਕੁ ਦਿਹਾੜੇ ਕੱਢਦੀ ਜੀ ਮੈਂ ਕੋਈ ਹੈ ਸਭ 7-8 ਦਿਨ ਹੋ ਗਏ ਯਾ ਵਾ ਮਾਸ਼ਾਅੱਲਾ ਮੋਰਾ ਤੇ ਸੋਹਣਾ ਸ਼ਕਲ ਸੋਹਣੀ ਸੀ ਖਾਣ ਫਾਲਾ ਵੀ ਵੇਖਨੇ ਆ ਹਰ ਪਾਸੇ ਆ ਜੀ ਸਭ ਸੋਹਣੀ ਝੋਟੀ ਦਿਹਾੜੇ 7-8 ਰਹਿੰਦੀ ਬਹੁਤੀ ਚੰਗੀ ਝੋਟੀ ਜੀ ਚੋਗੀ ਛਿੱਕੀ ਉਹ ਪੁੱਟ ਗਿਆ ਸਭ ਜਾ ਲੈਨੇ ਸਹੀ ਦਿਹਾੜੇ ਕਿੰਨੇ ਕੁ ਕੱਢਦੀ ਤੁਹਾਡੇ ਅੰਦਾਜ਼ੇ ਨਾਲ ਇਹ ਬਸ 7-8 ਦਿਨ ਲੈਣੀ ਤਕਰੀਬਨ ਅੱਛਾ ਉਹ ਪੁੱਟ ਗਿਆ ਆਪ ਕੋ ਵੇਖੀ ਰਾਮ ਨਾਲ ਛਿੱਗੀ ਚੋਗੀ ਚੋਗੀ ਦੱਸ ਦੇ ਮੈਂ ਛਿੱਗੀ ਆਈ ਸੋ ਛਿੱਗੀ ਛਿੱਗੀ ਕੀ ਡਿਮਾਂਡ ਕੀ ਜੇ ਦੀ ਡਿਮਾਂਡ ਆਈ ਸਾਹਿਬ ਇਹਦੀ 2 ਲੱਖ ਤੇ 15000 ਰੁਪਏ 2 ਲੱਖ 15000 2 ਲੱਖ ਤੇ 15000 ਰੁਪਏ ਲਿਆਓ ਜੀ ਮਾਜ ਨੰਬਰ ਅੱਗੇ ਆ ਗਈ 3 ਉਹ ਲਿਆ ਸੋ ਤੁਸੀਂ ਮਾਜ ਨੰਬਰ 3 ਪਹਿਲੀ ਮਾਜ ਦੀ 2195 2 ਦੀ 2 ਲੱਖ 15 15 ਹੀ ਹੈ ਨਾ ਹਾਂਜੀ ਵੇਖੋ ਲਿਆ ਪੈਰ ਸਲੀਪ ਹੁੰਦੇ ਨੇ ਤੁਹਾਨੂੰ ਮੈਂ ਛੱਡਦੇ ਨੂੰ ਨਾ ਛੱਡਦੇ ਨੂੰ ਨਾ ਫੜਦੇ ਛੱਡਦੇ ਉਹ ਜਾਂ ਤਰਮਾਨ ਨਾਲ ਪਿਆਰ ਨਾਲ ਪਾਈਦਾ ਯਾਰ ਛਿੱਗੀ ਛਿੱਗੀ ਆਈ ਸਾਹਿਬ ਅੱਛਾ ਪੁੱਤਰਾ ਰੇ ਬਣਾ ਕੇ ਦਾਣੇ ਚਾਹ ਜਰਾ ਵਾ ਹਾਂਜੀ ਕੀ ਡਿਮਾਂਡ ਕੀ ਚਾਹੀਦੀ ਡਿਮਾਂਡ ਆਈ ਸਾਹਿਬ ਪੱਕੀਆਂ ਨੇ 2 ਲੱਖ ਤੇ 30000 ਦੀ ਦੇ ਰਹੇ 2 ਲੱਖ 30000 ਦੀ ਹਾਂਜੀ ਕਿੰਨਾ ਕੁ ਬੋਲਾ ਸੋ ਦੇ ਭਾਈ ਸਾਹਿਬ ਹੋਣਾ ਵੀ 11 ਕਿਲੋ 11 ਕਿਲੋ ਹਾਂਜੀ ਲਿਆ ਜੀ ਮਾਜ ਨੰਬਰ ਅਗੇ ਆ ਗਈ 4 ਲਿਆ ਭਾਈ ਮਾਜ ਨੰਬਰ 4 ਇਸ ਤਰੀਜਾ ਮੈਂ ਜੀ ਸਾਹਿਬ ਜੀ ਇਹਨੂੰ ਆਈ ਦੂਸਰਾ ਦਿਨ ਸੂਈ ਦੂਸਰਾ ਦਿਨ ਹਾਂਜੀ ਉੱਠੇ ਵਾਲਾ ਕੋਈ ਨਹੀਂ ਡੰਗਰ ਕੋਈ ਉੱਠੇ ਵਾਲਾ ਸਾਹਿਬ ਨਾਲ ਕਿੱਥੇ ਜਾਂਦੇ ਪਰ ਅੱਜ ਰੋ ਉਹਨੇ ਨਾ ਦੱਸਿਆ ਕਿ ਤੁਸੀਂ ਕਿੱਥੇ ਜੀ ਕਰ ਛੱਡਦੇ ਚਲੋ ਅਗਲੇ ਫਿਰ ਲਾ ਦੇ ਮੈਂ ਪੁੱਛੇ ਤਾਂ ਕੋਈ ਨਹੀਂ ਹਾਂਜੀ ਮਾਜ ਨੰਬਰ 4
ਸੂਆ ਕਿਤਮਾ ਜਿਹਦਾ ਅੱਛਾ ਵੀ ਮਾਰ ਤੀਸਰਾ ਸੂਆ ਕੱਟਿਆ ਕੱਟਿਆ ਕਦੋਂ ਦੀ ਸੂਈ ਇਹਨੂੰ ਅੱਜ ਸਾਹਿਬ ਦੂਸਰਾ ਦੇ ਸੂਈ बड़े दो ਇਹਦੇ ਮਗਰ ਵੀ ਕੱਟਾ ਇਹਨੂੰ ਭਾਈ ਸਾਹਿਬ ਸੂਈ ਨੂੰ 8 ਦਿਨ ਹੋ ਗਏ ਜੀ ਜੀ ਇਹਦੇ ਕੋਲ 14 ਕਿਲੋ ਦੁੱਧ ਸੀ 14 ਕਿਲੋ ਹਾਂਜੀ ਇਸ ਟਾਈਮ ਹਾਂ ਮੁਕੰਮਲ ਕੱਲ ਸਾਡੇ ਕੋਲ ਸਰਗੀਆਂ ਨੇ ਦਿੱਤੀਆਂ ਨਹੀਂ ਸਹੀ 14 ਕਿਲੋ ਮੈਂ ਤਾਂ ਥੋੜਾ ਇਸ ਤਰ੍ਹਾਂ ਸਿੰਘ ਸਾਦਾ ਬਾਕੀ ਮੈਂ ਤਾਂ ਭਾਈ ਸਾਹਿਬ ਸਾਰੀ ਪੂਰੀ ਵੇਖਣ ਵਾਲੀ ਬਣਾਵਾਂਗਾ ਪੁੱਤਰ ਮੈਂ ਸਾਰੀ ਸੋਣਾ ਫੁੱਟਾ ਵੀ ਸੋਣਾ ਸਾਰੀ ਸੋਣੀ ਭੂਮੀ ਤੋਂ ਬਿਆਰ ਮੈਂ ਬੱਕੀ ਪੂਰੀ ਜੀ ਮੈਂ ਨਾ ਇੱਕ ਮੋਟੋ ਬੱਕੀ ਵੇਖ ਤੇ ਕੀ ਡਿਮਾਂਡ ਇਹਦੀ ਡਿਮਾਂਡ ਕੀ ਜੇ ਡਿਮਾਂਡ ਭਾਈ ਸਾਹਿਬ ਇਹਦੀ 2,50,000 बिलकुल साफ चुवाई मैं डका चढ़िया कर 4,90,000 अपनी वजह बंद दस सब कहना गल पा2,40 लो जी अली कोई जनान इस्लाम देंदा जनाब तो उन्हें क्या जी इस्लाम दे सड़िए जाट साहब नो ठीक है ते ऐ कोई रात है आलम की भी जनान पता लग गया अच्छा जी अगली गल जनाब सारे भरावान नो तुसी बाखूबी वाकफ हो अल्लाह पाक सारे भरावान की खैर रखे खैर करे क्योंकि जिहड़े भी भरा दुआ वास्ते कहंदे मैं सारे भरावान वास्ते दुआ 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 करना भी है और भरावान नु कहना भी है कि करिया करो ये दुआ एक ऐसी चीज है जिहड़ी तकदीर जिहड़ी है मिटा सकदी है अल्लाह पाक जी सारिआं भरावां नूं बीमारियां दी तंदुरुस्ती दे जितनियां भी कुताहियां सुस्तियां भरावां दीआं ने अल्लाह पाक अपने हबीब दे सदके
सारे भरावां दे हाल ते रहम करे करम करे अल्लाह पाक जी जितने भी भरा परेशान हाल ने अल्लाह पाक उन्हां दीआं परेशानियां सख्तियां सुस्तियां कताइयां दूर फरमा के अल्लाह पाक अपने हबीब का सदका उन्हां ते फजल करे ते जिहड़े भरा बीमारी विच मुबतला ने ना करोने की वजह की परेशान ने अल्लाह पाक इस मूजी मरज़ नूं पूरी उम्मत मुसलमान महफूज रखे तंदरुस्ती दे अल्लाह सारी उम्मत नूं अल्लाह पाक खुश रखे जी जितने भी भरा है ने वीडियो वेखते ने अल्लाह पाक उन्होंने तंदरुस्ती दे सेहत दे ने जिहड़े प्यार करते ने मोहब्बत करते ने कमेंट्स करते ने अल्लाह पाक खुश रखे ने बाकी एंड ते जनाब जिहड़े भरा सारे भरा बखूबी वाकफ हो कि पाक आर्मी एक ऐसा दारा है पाकिस्तान का कि जिदे जिदे ते कोई अल्लाह पाक खैर करे ना ही अज तक ना अगे होया अल्लाह पाक जी उन्होंने जवानों रही दुनिया तक अल्लाह की जात सलामत रखे और तादेर उन्होंने साया जिहड़ा ना पाकिस्तान ते इसे तरह ही रखे जिस तरह दिन दुगनी रात चुगनी और तरक्की करके कदम 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 से अपने वतन की खातर जाना भी देंगे ने अपने टुकड़िया की खा अपने इस जमीन के टुकड़े की खातर अपना खून बहाते हैं अल्लाह पाक उन्होंने वो खून अपनी बारगाह में कबूल करे तो सारे भरावान तंदुरुस्ती दे इंशाल्लाह अगली वीडियो देना फिर मुलाकात होगी अल्लाह सोने दे वाले रब रखा पाकिस्तान जिंदाबाद।